अस्सलाम वालेकुम, सत श्री अकाल, किदा हाल चाल है। उम्मीद करता वहाँ सारे वधिया होवोगे ते अपनी लाइफ में खूब इंजॉय करते होवोगे। ते अज जिहड़ा असीं तुहाडे लई सोंग लै के आए हां, बहुत ही जबरदस्त ते सिद्धू मूसेवाला एक्स टू पैक आल आईज ऑन मी ए सोंग है। ते पहले एक सोंग सुनने आ ते फिर इस ते अपना रिएक्शन देने। ਚਲੋ ਗੀਤ ਆਪਾਂ ਸੁਣਦੇ ਆ ਤੇ ਇੱਕ ਚੀਜ਼ ਮਤਲਬ ਮੇਰਾ ਤੁਹਾਡੀ ਕਰੈਕਟ ਕਰਾ ਦਾਂ ਆਪਾਂ ਮਤਲਬ ਜਿਵੇਂ ਅਸਲਾਮ ਅਲੈਕੁਮ ਬੋਲਦੇ ਆ ਤੇ ਤੁਸੀਂ ਨਾਲ ਕਿਹਾ ਸਤਿ ਸ੍ਰੀ ਅਕਾਲ। ਐਕਚੁਅਲੀ ਇਹ ਸਤਿ ਸ੍ਰੀ ਅਕਾਲ ਨਹੀਂ, ਸਤਿ ਸ੍ਰੀ ਅਕਾਲ ਕਹਿ ਸਕਦੇ ਹੋ ਜਾਂ ਸਤਿ ਸ੍ਰੀ ਅਕਾਲ ਕਹਿ ਸਕਦੇ ਹੋ। ਜਦੋਂ ਆਪਾਂ ਜਦੋਂ ਪੰਜਾਬੀ ਆਪਾਂ ਬੋਲਦੇ ਆ ਨਾ ਐਜ਼ ਯੂਜੂਅਲ, ਉਹ ਸਤਿ ਸ੍ਰੀ ਅਕਾਲ ਤੁਹਾਨੂੰ ਸੁਣਨ 'ਚ ਇੱਦਾਂ ਲੱਗਦਾ ਕਿ ਸਤਿ ਸ੍ਰੀ ਅਕਾਲ ਬੋਲਣ ਡੇ ਨਹੀਂ, ਲੇਕਿਨ ਸਤਿ ਸ੍ਰੀ ਅਕਾਲ ਹੁੰਦਾ ਜਾਂ ਸਤਿ ਸ੍ਰੀ ਅਕਾਲ। ਸ਼ੀਨ ਦੀ ਆਵਾਜ਼ ਵੀ ਦੇ ਸਕਦੇ, ਸ਼ੀਰ ਵੀ ਦੇ ਸਕਦੇ, ਮਤਲਬ ਤੇ ਸੀਰ ਵੀ ਦੇ ਸਕਦੇ ਹੋ, ਇਦਾਂ ਹੁੰਦਾ। ਚਲੋ ਬਾਕੀ ਗੀਤ ਜਿਹੜਾ ਸਿੱਧੂ ਮੂਸੇਵਾਲਾ ਐਕਸ ਟੂ ਪੈਕ। Big sight, new pain. Oh God, big stress. Y'all know how this shit go, you know. All eyes on me. Roll for all, G. Roll up in the club. Trust so many players hating niggas tryna sound like us. Say they ready for the bump, but I don't think they know them. Straight to the depths of hell, the spirit of cap is gone. Well, all you still damn nigga, holler when you see me. And let these devils suck for the day they finally greet me. I got a caravan of niggas every time we ride. ਜੀ ਵਾਕਈ ਸੌਂਗ ਬਹੁਤ ਜ਼ਬਰਦਸਤੀ ਵੇਖਿਆ ਰਹੇ ਅਤੇ ਸਿੱਧੂ ਮੂਸੇ ਦੇ ਜਿੰਨੇ ਵੀ ਗਾਣੇ ਨੇ ਬਹੁਤ ਘੈਂਟ ਨੇ, ਇਹ ਆਪਣੇ ਗਾਣਿਆਂ ਦੇ ਜ਼ਰੀਏ ਹਮੇਸ਼ਾ ਸਾਡੇ ਦਿਲ ਵਿੱਚ ਵੱਸਦੇ ਰਹਿਣਗੇ।
ਬਿਲਕੁਲ ਇਹਨਾਂ ਦੇ ਗੀਤ ਜਿਹੜੇ ਨੇ ਨਾ ਉਹ ਮਤਲਬ ਹਮੇਸ਼ਾ ਇਹਨਾਂ ਨੂੰ ਆਪਣੇ ਵਿੱਚ ਜ਼ਿੰਦਾ ਰੱਖਣਗੇ ਜਿੰਨੇ ਵੀ ਸੁਣਨ ਵਾਲੇ ਨੇ ਉਹਨਾਂ ਦੇ ਫੈਨ ਨੇ। ਤੇ ਅੱਜ ਕੱਲ AI ਦੇ ਜ਼ਰੀਏ ਵੀ ਗੀਤ ਆਉਣ ਡਏ ਨੇ, ਕੁਝ ਬਿਲਕੁਲ ਦੋ ਤਿੰਨ ਗੀਤ ਆਪਾਂ ਸੁਣੇ ਨੇ ਤੇ ਉਹ ਵੀ ਮਤਲਬ ਫੀਲ ਹੀ ਨਹੀਂ ਹੁੰਦਾ ਵੋਇਸ ਦਾ। ਤੇ ਦੂਜੀ ਗੱਲ ਇਹ ਹੈ ਕਿ ਅੰਕੁਸ਼ ਮਤਲਬ RDB ਇਹਦੇ ਜਿਹੜੇ ਵੀ ਗੀਤ ਬਣਾ ਰਹੇ ਨੇ ਸਿੱਧੂ ਮੂਸੇਵਾਲੇ ਦੇ ਨਾਲ, ਮਤਲਬ ਇਹਨਾਂ ਨੇ ਕਾਫੀ ਬੰਦਿਆਂ ਦੇ ਨਾਲ ਜਿਹੜੇ ਨੇ ਟੂਪੈਕ ਦਾ ਜੇ ਆਪਾਂ ਗੀਤ ਸੁਣਿਆ, ਇਸ ਤੋਂ ਇਲਾਵਾ ਵੀ ਇਹਨਾਂ ਨੇ ਹਰ ਬੰਦੇ ਨਾਲ ਤਕਰੀਬਨ ਹਰ ਦੂਸਰੇ ਸਿੰਗਰ ਦੇ ਨਾਲ ਇਹਨਾਂ ਨੇ ਕੋਸ਼ਿਸ਼ ਕੀਤੀ ਇਹਨੂੰ ਮੈਸ਼ਅਪ ਕਰਨ ਦੀ, ਬਣਾਉਣ ਦੀ। ਵਧੀਆ ਲੱਗਦਾ ਇਹਨਾਂ ਦਾ ਮਤਲਬ, ਜਿਹੜੇ ਬੋਲ ਚੁੱਕਦੇ ਨਾ ਏਡਾ ਸੌਖਾ ਕੰਮ ਨੀਗਾ, ਮਤਲਬ ਕਿ ਕਿਹੜਾ ਬੋਲ ਕਿੱਥੇ ਮੈਚ ਕਰਨਾ, ਕਿਹੜੇ ਗੀਤ ਨਾਲ ਕਿਹਦੀ ਉਹ ਮਤਲਬ ਉਹਨੂੰ ਲੈ ਕੇ ਆਉਣਾ, ਇੱਕ ਬਹੁਤ ਔਖਾ ਕੰਮ ਹੈ ਤੇ ਵਧੀਆ ਕੰਮ ਕਰ ਰਹੇ ਨੇ। ਬਾਕੀ ਕਿੱਦਾਂ ਲੱਗਾ ਤੁਹਾਨੂੰ? ਜੀ ਬਹੁਤ ਹੀ ਵਧੀਆ ਲੱਗਾ, ਤੇ ਭਾਜੀ ਦਾ ਐਕਸ਼ਨ ਤੇ ਰਿਐਕਸ਼ਨ ਬਹੁਤ ਹੀ ਵਧੀਆ ਹੁੰਦਾ। ਬਿਲਕੁਲ ਵਾਕਈ ਸਿੱਧੂ ਮੂਸੇਵਾਲੇ ਦੇ ਸੌਂਗ ਤੇ ਅਸੀਂ ਰੋਜ਼ਾਨਾ ਕੋਈ ਨਾ ਕੋਈ ਸੌਂਗ ਤੇ ਸਿੱਧੂ ਭਾਈ ਜੀ ਦਾ ਸੁਣਿਆ ਹੀ ਜਾਂਦਾ, ਕਿਉਂਕਿ ਉਹਨਾਂ ਨੂੰ ਭੁੱਲਣਾ ਨਾਮੁਮਕਿਨ ਹੈ। ਜਿਹੋ ਜਿਹੇ ਉਹਨਾਂ ਦੇ ਸੌਂਗ ਸੀ, ਉਹਨਾਂ ਦੇ ਸੌਂਗ ਅੱਜ ਵੀ ਸਾਡੇ ਦਿਲ ਦੇ ਵਿੱਚ ਵੱਸਦੇ ਨੇ, ਜਿਹੋ ਜਿਹੀਆਂ ਗੱਲਾਂ ਆਪਣੇ ਗਾਣੇ ਦੇ ਵਿੱਚ ਦੱਸ ਕੇ ਗਏ ਨੇ, ਉਹ ਸਾਰਾ ਕੁਝ ਹੋ ਵੀ ਰਿਹਾ ਜੋ ਉਹਨਾਂ ਨੇ ਆਪਣੇ ਗਾਣੇ ਦੇ ਵਿੱਚ ਦੱਸਿਆ ਨਾ, ਉਹ ਰੀਅਲ ਦੇ ਵਿੱਚ ਵੀ ਉਹ ਸਾਰਾ ਕੁਝ ਹੋ ਰਿਹਾ। ਬਿਲਕੁਲ ਉਹਨਾਂ ਦੇ ਗਾਣੇ ਮੋਸਟਲੀ ਆਪਾਂ 295 ਜਿਹੜਾ ਬਿਲਕੁਲ ਰਿਐਲਿਟੀ, ਉਸ ਤੋਂ ਇਲਾਵਾ ਉਹਨਾਂ ਦਾ ਲਾਸਟ ਰਾਈਡ ਲਾਸਟ ਗੀਤ ਆਇਆ ਰਾਈਡ ਸੀ ਕਿ ਮਤਲਬ ਕਿ ਬੰਦਾ ਸਮਝਣ ਤੋਂ ਬਾਅਦ, SYL ਗੀਤ ਉਹਨਾਂ ਦੇ ਜਾਣ ਤੋਂ ਬਾਅਦ ਆਇਆ, ਮਤਲਬ ਟੋਟਲ ਉਹਨਾਂ ਦੇ ਗੀਤ ਜਿਹੜੇ ਜਿੰਨੇ ਵੀ ਸਨ 290। ਇਹਨਾਂ ਦਾ ਤੁਸੀਂ ਗੇਮ ਸੌਂਗ ਸੁਣਿਆ? ਗੇਮ ਸੁਣਿਆ ਸ਼ੂਟਰ ਕਾਲੋ ਨਾਲ? ਹਾਂਜੀ ਹਾਂਜੀ ਹਾਂਜੀ, ਸ਼ੂਟਰ ਕਾਲੋ ਦੇ ਨਾਲ ਇਹਨਾਂ ਦਾ ਗੇਮ ਲਾਸਟ ਵਿੱਚ ਇਹਨਾਂ ਦੇ ਬੋਲ ਆਉਂਦੇ ਨੇ ਹੈ ਨਾ ਲਾਸਟ। ਹਾਂ ਉਹ ਮਤਲਬ ਲਾਸਟ ਜਿਹੜੇ ਸਿੱਧੂ ਮੂਸੇਵਾਲੇ ਦੇ ਬੋਲ ਨੇ ਯਾਰ, ਕਿਆ ਕਮਾਲ ਹੈ ਯਾਰ, ਮਤਲਬ ਹਰ ਗੀਤ ਹੀ ਉਹਨਾਂ ਦਾ। ਮਾਂ ਸੌਂਗ ਜਿਹੜਾ ਸੀ ਉਹਨਾਂ ਦਾ ਬਹੁਤ ਵਧੀਆ ਸੀ, ਟਿੱਬਿਆਂ ਦਾ ਪੁੱਤ, ਫਿਰ ਟੋਚਨ ਟੋਚਨ, ਹਰ ਗੀਤ ਹੀ ਉਹਨਾਂ ਦਾ ਬਹੁਤ ਲੈਵਲ ਦੇ ਗੀਤ ਸਨ। ਲੈਵਲ ਵੀ ਲੈਵਲਸ ਵੀ ਵਧੀਆ ਸੀ। ਸੈਡ ਸੌਂਗ ਲੱਭਣ ਵਾਲੇ ਬੋਲ ਲਾਈਵ ਦੇ ਵਿੱਚ ਬਹੁਤ ਹੀ ਘੱਟ ਬਣਾਏ ਨੇ। ਐਕਚੁਅਲੀ ਉਹਨਾਂ ਦਾ ਇੱਕ ਆਪਣਾ ਹੀ ਸਟਾਈਲ ਹੈ, ਬਿਲਕੁਲ ਉਹਨਾਂ ਦਾ ਸਟਾਈਲ ਆਪਣਾ ਸੀ। ਉਹਨਾਂ ਦੇ ਗੀਤ ਜਿਹੜੇ ਨੇ ਉਹ ਤੁਸੀਂ ਅੱਜ ਵੀ ਵੇਖੋਗੇ, ਕੱਲ ਨੂੰ ਸੁਣੋਗੇ, ਜਦੋਂ ਵੀ ਸੁਣੋਗੇ ਤੁਹਾਨੂੰ ਵਧੀਆ ਹੀ ਲੱਗਣਗੇ। ਬਿਲਕੁਲ ਸਣੀ ਜੀ, ਵਾਕਈ ਇਹ ਗੱਲ ਤੇ ਹੈਗੀ ਹੈ, ਕਿਉਂਕਿ ਸਿੱਧੂ ਭਾਜੀ ਨੇ ਜਿਹੜੇ ਪਿੰਡ ਤੋਂ ਕਹਿੰਦੇ ਸੀ ਗਿਣਵੇਂ ਚਿਣਵੇਂ ਲੋਕ ਹੁੰਦੇ ਸੀ, ਉਸ ਪਿੰਡ ਦੇ ਵਿੱਚੋਂ ਮੈਂ ਉੱਠ ਕੇ ਆਇਆ ਵਾਂ, ਤੇ ਸਿੱਧੂ ਮੂਸੇਵਾਲਾ ਹੁਣ ਆਪਣੇ ਨਾਮ ਤੋਂ ਹੀ ਪਿੰਡ ਉਹਨਾਂ ਦਾ ਪੂਰੀ ਦੁਨੀਆ ਦੇ ਵਿੱਚ ਮਸ਼ਹੂਰ ਹੋ ਗਿਆ। ਪਿੰਡ 'ਚ ਗਿਣਵੇਂ ਚੁਣਵੇਂ ਲੋਕ ਨਹੀਂ ਸਨ, ਮਤਲਬ ਗਿਣਵੇਂ ਚੁਣਵੇਂ ਲੋਕ ਲੋਕ ਅੱਗੇ ਫੌਜ ਭੱਜਦੇ ਵਿੱਚ, ਸੀ ਮਤਲਬ ਜਾਂ ਉੱਥੇ ਬੱਸ ਵੀ ਨਹੀਂ ਸੀ ਚੱਲਦੀ ਹੁੰਦੀ, ਉਹਨਾਂ ਨੇ ਕਿਹਾ ਸੀ ਉਸ ਪਿੰਡ ਤੇ ਜਿੱਥੋਂ ਮੈਂ ਆਇਆ ਵਾਂ ਉੱਠ ਕੇ ਆਇਆ ਤੇ ਆਪਣੀ ਮਿਹਨਤ ਦੇ ਉੱਤੇ ਆਇਆ ਵਾਂ ਅੱਗੇ। ਤੁਸੀਂ ਵੇਖੋ ਕਿ ਜਿਹੜਾ ਵੀ ਸਿੰਗਰ ਏ, ਕੋਈ ਐਕਟਰ ਹੋਵੇ, ਉਹ ਮਤਲਬ ਜਦੋਂ ਸਕਸੈਸਫੁਲ ਕਾਮਯਾਬ ਹੋ ਜਾਂਦਾ ਹੈ ਨਾ ਪਿੰਡ ਛੱਡ ਤੇ ਉਹ ਪਿੰਡ ਨੂੰ ਛੱਡ ਕੇ ਚੰਡੀਗੜ੍ਹ ਵੱਲ ਨੂੰ ਜਾਂ ਦੂਸਰੇ ਕੰਟਰੀ ਦੇ ਵਿੱਚ, ਤੇ ਸਿੱਧੂ ਮੂਸੇਵਾਲਾ ਕਾਮਯਾਬ ਹੋਇਆ, ਉਹ ਕੈਨੇਡਾ ਛੱਡ ਕੇ ਪਿੰਡ ਜਾ ਗਿਆ। ਮਤਲਬ ਉਸ ਬੰਦੇ ਨੂੰ ਆਪਣੀ ਧਰਤੀ ਨਾਲ, ਆਪਣੇ ਪਿੰਡ ਦੇ ਨਾਲ, ਆਪਣੇ ਲੋਕਾਂ ਦੇ ਨਾਲ ਕਿੱਡਾ ਪਿਆਰ ਤੇ ਲਗਾਓ ਹੋਏਗਾ, ਇਸ ਤੋਂ ਤੁਸੀਂ ਇਹਦਾ ਅੰਦਾਜ਼ਾ ਲਾ ਸਕਦੇ ਹੋ। ਬਾਕੀ ਬਹੁਤ ਹੀ ਵਧੀਆ ਸਨ ਤੇ ਗੀਤ ਵਧੀਆ ਸੀ ਬਣਾਇਆ। ਹੁਣ ਮਿਲਦੇ ਆਪਾਂ ਨੈਕਸਟ ਵੀਡੀਓ 'ਚ, ਰੱਖੋ ਆਪਣਾ ਖਿਆਲ, ਗੁੱਡ ਬਾਏ, ਅੱਲਾਹ ਹਾਫਿਜ਼।